ਸੋ ਬੜੀ ਸ਼ਾਂਤੀ ਦੇ ਨਾਲ ਇੰਨਾ ਸਮਾਂ ਦੇਣ ਲਈ ਸਾਰੇ ਹੀ ਮੈਂਬਰ ਸਾਹਿਬਾਨ ਦਾ ਧੰਨਵਾਦ। ਮੈਂ ਇੱਕ ਵੱਖਰਾ ਜਿਹਾ ਹੀ ਆਪਦੇ ਨਾਲ ਵਿਸ਼ੇ ਦੇ ਉੱਤੇ ਕੋਈ ਕਵਿਤਾ ਲਿਖੀ ਹੈ। ਪੰਜਾਬ ਦੇ ਵਿੱਚ ਜਿਹੜੇ ਹੈਗੇ ਆ ਡੇਰਿਆਂ ਦੀ ਬਹੁਤ ਭਰਮਾਰ ਹੈ ਅਤੇ ਉਹਨਾਂ ਦੇ ਵਿੱਚ ਸਾਰਿਆਂ ਨੂੰ ਹੀ ਜਿਹੜੀ ਹੈਗੀ ਆ ਸਿਆਸਤਦਾਨਾਂ ਦੀ ਸਰਪ੍ਰਸਤੀ ਹੈ। ਇਸੇ ਦੇ ਸੰਬੰਧ ਦੇ ਵਿੱਚ ਅੱਜ ਤੋਂ ਸੱਤ ਸੌ ਸਾਲ ਪਹਿਲਾਂ ਜਦੋਂ ਹੀਰ ਦਾ ਵਿਆਹ ਹੋ ਜਾਂਦਾ ਅਤੇ ਰਾਂਝਾ ਗੋਰਖਨਾਥ ਕੋਲ ਜਾਂਦਾ ਕਿ ਮੇਰੇ ਕੰਨ ਪਾੜ ਦੇ ਅਤੇ ਮੈਨੂੰ ਜੋਗੀ ਬਣਾ ਕਿ ਅਤੇ ਮੈਨੂੰ ਮੇਰੀ ਹੀਰ ਵਾਪਸ ਦਵਾ, ਉਸ ਦੇ ਵਿੱਚ ਸੰਬੰਧ ਦੇ ਵਿੱਚ ਮੈਂ ਕੁਛ ਥੋੜ੍ਹਾ ਜਿਹਾ ਮਿਲਿਆ। ਉਮੀਦ ਹੈ ਤੁਸੀਂ ਧਿਆਨ ਦੇਵੋਗੇ। ਰਾਤੀ ਸੁਪਨੇ 'ਚ ਫਿਰਦਾ ਰਿਹਾ ਮੈਂ ਜਗ੍ਹਾ ਜਗ੍ਹਾ, ਉੱਥੇ ਗੋਰਖ ਦਾ ਆਇਆ ਸੀ ਨਜ਼ਰ ਡੇਰਾ। ਜਾ ਕੇ ਅੰਦਰ ਜਦ ਤੱਕਿਆ ਮੈਂ, ਬੈਠਾ ਰਾਂਝਾ ਸੀ ਨਾਥ ਨੂੰ ਪਾਈ ਘੇਰਾ। ਫੜੀ ਬੈਠਾ ਸੀ ਰਾਂਝਾ ਚਰਨੋਂ ਦੇ, ਕਹੇ ਪਾੜ ਕੰਨ ਮੁੰਦਰਾਂ ਪਾ ਮੇਰੇ, ਲੁੱਟਿਆ ਖੇੜਿਆ ਮੈਨੂੰ ਮੇਰੀ ਹੀਰ ਖੋ ਕੇ, ਅੱਜ ਗੋਰਖਾ ਦੇਖਣੇ ਮੈਂ ਚਮਤਕਾਰ ਤੇ। ਅੱਗਿਓਂ ਗੋਰਖ ਜਵਾਬ ਦਿੰਦਾ ਉਹਨੂੰ, ਲੇਖਾ ਤੇਰਿਆਂ ਵਿੱਚ ਨਾ ਹੀਰ ਦਿਸਦੀ, ਨਾਥ ਕਹੇ ਰਾਂਝਿਆ ਕਹਿਣਾ ਮਨ ਮੇਰਾ, ਜੋਗ ਕਮਾਉਣਾ ਹੈ ਬੜਾ ਔਖਾ, ਬਣ ਬਾਬਾ ਮਾਲਵੇ 'ਚ ਕਿਤੇ ਬੰਨ ਡੇਰਾ। ਬਣ ਕੇ ਜੋਗੀ ਫਿਰੇਗਾ ਲੰਘ ਤੜੰਗਾ ਤੂੰ, ਉੱਥੇ ਬੈਠੇਗਾ ਰੇਸ਼ਮੀ ਪਾ ਪਾਣਾ, ਇੱਥੇ ਮੰਗੇਗਾ ਘਰ ਘਰ ਤੋਂ ਭਿੱਖਿਆ ਤੂੰ, ਉੱਥੇ ਖਾਏਗਾ ਨਿੱਤ ਬੰਨ ਸਵੰਨਾ ਖਾਣ। ਐਵੇਂ ਦਿਲ ਨਾ ਕਿਤੇ ਤੂੰ ਛੱਡ ਬੈਠੀ, ਰਹੂ ਸਾਲ ਖੰਡ ਤੈਨੂੰ ਜਰਾ ਤੰਗੀ, ਲਿਆਈ ਜਲਾਲ ਤੂੰ ਚਿਹਰੇ ਜਰਾ ਚਿਹਰੇ ਉੱਤੇ, ਦੇਖਣ ਵਾਲੇ ਨੂੰ ਲੱਗੇ ਸ਼ਕਲ ਚੰਗੀ। ਰੱਖੀ ਪੰਜ ਸੱਤ ਫੇਰ ਅਜਿਹੇ ਚੇਲੇ, ਇਲਾਕੇ 'ਚ ਜਿਹੜਾ ਗੁਣਗਾਉਣ ਤੇਰਾ, ਦਿੰਦਾ ਰਹੀ ਉਹਨਾਂ ਨੂੰ ਜਰਾ ਖਰਚ ਖੁੱਲ੍ਹਾ, ਨੌ ਅਖਬਾਰਾਂ 'ਚ ਘੁਮਾਉਣ ਉਹ ਘੁਮਾਉਣ ਤੇਰਾ। ਤੁਰੇ ਆਉਣਗੇ ਨੇਤਾ ਫਿਰ ਬਿਨਾਂ ਸੱਦੇ, ਸੱਦਣ ਦੀ ਕਿਸੇ ਨੂੰ ਲੋੜ ਕੋਈ ਨਾ, ਭਰਨਗੇ ਚੌਕੀ ਤੇਰੀ ਕਾਲੇ ਧਨ ਵਾਲੇ, ਰਹੂ ਪੈਸੇ ਦੀ ਤੈਨੂੰ ਥੋੜ ਕੋਈ ਨਾ। ਬਣਾਈ ਢੋਲਕੀ ਛਹਿਣਿਆਂ ਵਾਲਿਆਂ ਦੀ ਇੱਕ ਮੰਡਲੀ ਤੋਂ, ਧਾਰਨਾ ਵੀ ਤੀ ਇਹਨਾਂ ਨੂੰ ਯਾਦ ਗੱਲ ਨਹੀਂ, ਰੂਹਾਨੀਅਤ ਵਾਲੀ ਗੱਲ ਕੋਈ ਨਾ, ਸ਼ਬਦ ਕੁਝ ਨਿਮਰਤਾ ਵਾਲੇ ਯਾਦ ਗੱਲ ਨਹੀਂ। ਹੁਣ ਕਾਰ ਦੇ ਕਾਲੇ ਸ਼ੀਸ਼ੇ ਤੇਰੇ, ਨਾਲੇ ਦਾਈ ਅੱਖਾਂ ਤੇ ਕਾਲੀ ਐਨਕ, ਫਿਰ ਅੱਗੇ ਪਿੱਛੇ ਬਾਡੀ ਗਾਰਡ ਤੇਰੇ, ਮਿਲ ਜਾਣਗੇ ਬਹੁਤ ਸਾਬਕਾ ਸੈਨਿਕ, ਚੇਲੇ ਬਾਹਰ ਤੇ ਚੇਲੀਆਂ ਰਹਿਣ ਅੰਦਰ, ਰਹਿਸ਼ ਤੇਰੀ ਰਾਜਿਆਂ ਦੇ ਸਮਾਨ ਹੋਵੇ, ਹਰ ਹੀਲੇ ਕਰੀ ਕਾਬੂ ਮੁੱਖ ਮੰਤਰੀ ਨੂੰ, ਕਰੀ ਸਨਮਾਨ ਉਹਦਾ ਉਹਨੂੰ ਸੱਦ ਡੇਰੇ। ਸਾਰੀ ਰਾਤ ਇੱਕ ਵਿੱਚੋਂ ਲਾਈਨ ਛਾਪਣ ਵਾਲਾ ਛੱਡ ਗਿਆ, ਸੋਰੀ। ਹੋ ਜਾਣਗੀਆਂ ਤੇਰੀਆਂ ਪਾਉਂ ਵਾਰਾਂ, ਰਹੂ ਡੇਰੇ ਨਾ ਕਿਸੇ ਗੱਲ ਦਾ ਘਾਟਾ, ਇਲੈਕਸ਼ਨ ਵੇਲੇ ਤੇਰੀ ਹੋਊ ਚਾਂਦੀ, ਨੇਤਾ ਮੰਗਣਗੇ ਵੋਟਾਂ ਹੱਥ ਫੜ ਵਾਟਾ। ਆਉਣਗੇ ਨੇਤਾ ਇੱਕ ਦੂਸਰੇ ਤੋਂ ਚੋਰੀ ਸਵਾਲ, ਵੱਡੇ ਵੱਡੇ ਉਹਨਾਂ ਨੂੰ ਪਾਈ ਰੱਖੀ, ਜ਼ਮੀਰ ਉਹਨਾਂ ਦੀ ਨਾ ਸ਼ਰਮ ਧਰਮ ਵਾਲੀ, ਭੰਬੜ ਭੁੱਸੇ 'ਚ ਉਹਨਾਂ ਨੂੰ ਪਾਈ ਰੱਖੀ। ਬੇਖੌਫ ਲਾਈਨ ਕਾਰ ਤੇ ਲਾਲ ਬੱਤੀ, ਨਹੀਂ ਹੋਊ ਤੈਨੂੰ ਕੋਈ ਪੁੱਛਣ ਵਾਲਾ, ਹੋਵੇ ਨੰਬਰ ਪਲੇਟ ਦੀ ਨੇਤਾ ਵਰਗੀ, ਹੁੰਦਾ ਹੋਵੇ ਜਿਸ ਵਿੱਚ ਧੰਦਾ ਕਾਲਮ ਕਾਲਾ। ਆਉਣਗੇ ਹਰ ਤਰ੍ਹਾਂ ਦੇ ਸੇਵਕ, ਹਰ ਇੱਕ ਦੀ ਜਰਾ ਪਛਾਣ ਰੱਖੀ, ਖਾਣ ਪੀਣ ਲਈ ਚੱਲਦਾ ਰਹੇ ਲੰਗਰ, ਪਰ ਚੜਾਵੇ ਦਾ ਆਪ ਧਿਆਨ ਰੱਖੀ। ਲਾ ਮਹਿੰਦੀ ਜਿਹੜੇ ਅਖੀਰਲੀਆਂ ਲਾਈਨਾਂ ਨੇ ਇੱਥੇ ਖਤਮ ਕੀਤਾ। ਲਾ ਮਹਿੰਦੀ ਜਿਹੜੀ ਚੜ ਗਈ ਡੋਲੀ, ਛੱਡ ਖਿਆਲ ਉਸ ਬੇਅਤਵਾਰ ਦਾ ਤੂੰ, ਆ ਚੱਕ ਕੰਬੜੀ ਮਾਲਵੇ ਵੱਲ ਤੁਰ ਜਾ, ਕਰ ਖਿਆਲ ਚੱਜ ਆਪਣੇ ਕਾਰੋਬਾਰ ਦਾ ਤੂੰ।
ਆ ਚੱਕ ਕੰਬੜੀ ਮਾਰ ਵੇ ਬੰਦ ਤੁਰ ਜਾ ਕਰ ਖਿਆਲ ਚੱਜ ਆਪਣੇ ਕਾਰੋਬਾਰ ਦਾ ਤੂੰ ਸਾਰੇ ਹੀ ਆ ਗਏ ਮੈਂਬਰ ਸਾਹਿਬਾਨ ਅਤੇ ਦੂਸਰੇ ਵੀਰਾਂ ਦਾ ਜਿਹੜੇ ਬਾਹਰੋਂ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਇੰਨੀ ਸ਼ਾਂਤੀ ਦੇ ਨਾਲ ਸਮਾਂ ਦੇਣ ਦੇ ਲਈ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਚਾਹ ਪਾਣੀ ਥੱਲੇ ਤਿਆਰ ਆ, ਆਰਾਮ ਨਾਲ ਜਾਇਓ। ਪੌੜੀਆਂ ਦੇ ਵਿੱਚ ਕੋਈ ਤਿਲ ਵੀ ਪਿਆ ਅਤੇ ਐਵੇਂ ਸੱਟ ਲੱਗੂ ਫਿਰ ਐਂਬੂਲੈਂਸ ਬੁਲਾਉਣੀ ਪਊਗੀ। ਚਾਹ ਪਾਣੀ ਬਹੁਤ ਆ, ਸੋ ਹੌਲੀ ਹੌਲੀ ਜਾਇਓ, ਇਕੱਲੇ ਇਕੱਲੇ, ਕਿਸੇ ਨੂੰ ਧੱਕਾ ਮੁੱਕੀ ਕਰਨ ਦੀ ਜ਼ਰੂਰਤ ਨਹੀਂ।